ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤਲਵੰਡੀ ਸਾਬੋ ਦਮਦਮਾ ਸਾਹਿਬ ਗੁਰਦੁਆਰਾ ਵਿੱਚ ਮੱਥਾ ਟੇਕਣ ਲਈ ਆਏ ਸੀ। ਇੱਥੇ ਸਾਨੂੰ ਬਾਬਾ ਜੀ ਮਿਲੇ ਜਿਹੜੇ ਕਿ ਇਹਨਾਂ ਦਾ ਜਜ਼ਬਾ ਦੇਖੋ, ਇਹ ਸਾਈਕਲ 'ਤੇ ਪ੍ਰਚਾਰ ਕਰਦੇ ਆ। ਸਵੇਰੇ ਨਿਕਲ ਜਾਂਦੇ ਆ, ਕਹਿੰਦੇ ਜੀ ਸ਼ਾਮ ਨੂੰ ਮੈਂ ਵਾਪਸ ਘਰੇ ਮੁੜਦਾ। ਇਹ ਕਿਸਾਨੀ ਸੰਘਰਸ਼ ਦੇ ਲਈ ਪ੍ਰਚਾਰ ਕਰਦੇ ਆ ਲਗਾਤਾਰ। ਬਾਬਾ ਜੀ ਦਿਓ ਜਾਣਕਾਰੀ ਕੀ ਤੁਹਾਡੇ ਡੇਲੀ ਅਤੇ ਕੀ ਰੂਟੀਨ ਆ ਤੁਹਾਡਾ? ਬੋਲੇ ਸੋ ਨਿਹਾ ਸੋ ਸ੍ਰੀ ਅਕਾਲ ਸਤਿਕਾਰ ਸੋ ਸਭ ਦੇਸ਼ ਵਾਸੀਆਂ, ਧੀਆਂ ਭੈਣਾਂ, ਕਿਸਾਨਾਂ ਮਜ਼ਦੂਰਾਂ ਤੱਕ ਸਭਾ ਪੰਜਵੇਂ ਤੱਕ ਅਤੇ ਦਮਦਮਾ ਸਾਬੋ ਕੀ ਤਲਵੰਡੀ ਗੁਰੂਆਂ ਦਾ ਇੱਕ ਬਹੁਤ ਹੀ ਵੱਡਾ ਸਥਾਨ ਹੈ ਜਿੱਥੇ ਅਸੀਂ ਉਹਨਾਂ ਦਾ ਲੱਖੋਂ ਸੰਗਤਾਂ ਮੱਥਾ ਟੇਕਦੇ ਅਤੇ ਦਰਸ਼ਨ ਕਰਦੇ ਹਾਂ। ਮੇਰਾ ਨਾਮ ਵੀਰਜੀਤ ਸੋਹਣ ਲਾਲ ਗੋਇਲ, ਖਿਆਲ ਕਰਨ ਵਾਲੇ ਸਮਾਜ ਸੇਵੀ ਆਲ ਰਾਊਂਡਰ ਪੰਜਾਬ, ਜੋ ਕਿ ਕੁਝ 5-7 ਸਾਲ ਤੋਂ ਮੈਨੂੰ ਮਿੰਨੀ ਕੇਜਰੀ ਅੰਨਾ ਹਜ਼ਾਰੀ ਵੀ ਕਹਿੰਦੇ ਆ, ਮਿੰਨੀ ਕੇਜਰੀਵਾਲ ਵੀ। ਅਤੇ ਮੈਂ ਧਰਨੇ ਮਰਨੇ ਸਕੂਲਾਂ ਕਾਲਜਾਂ ਗੁਰਦੁਆਰਿਆਂ 'ਚ ਹਰ ਸੰਘਰਸ਼ ਦੇ ਵਿੱਚ ਹੁੰਦਾ। ਮੈਂ ਪਿੰਡ ਮੇਰਾ ਖਿਆਲਾ ਤਪੇ ਮੰਡੀ, ਜਦੋਂ ਮੈਂ ਆਪਣੇ ਬੱਚੇ ਵਿੱਚ ਦਾਖਲ ਕਰਵਾਤੇ, ਦੱਸੋ ਵੀਰ ਜੀ ਮੈਨੂੰ ਧਿਆਨ ਰੱਖੋ ਕਿ ਮੈਨੂੰ ਦੁਨੀਆ ਦੇ ਵਿੱਚ ਵਸਣ ਦਾ ਅਧਿਕਾਰ ਹੈ ਜਾਂ ਨਹੀਂ। ਮੈਂ ਬੱਚੇ ਛੱਡ ਕੇ ਦੇਸ਼ ਦੀ ਸੇਵਾ 'ਚ ਆਪਣੀ ਜ਼ਿੰਦਗੀ ਲਾਈ ਹੈ। ਉਹਦੇ ਪਿੱਛੇ ਮੈਂ ਤੁਹਾਨੂੰ ਇੱਕ ਹੋਰ ਵੀ ਬੇਨਤੀ ਕਰਦਾ ਕਿ ਮੈਂ ਜ਼ਿਆਦਾ ਟਾਈਮ ਲੈਂਦਾ। ਮੈਂ 13 ਤਰੀਕ ਨੂੰ ਉੱਥੋਂ ਤਪੇ ਮੰਡੀ ਤੋਂ 7:30 ਵਜੇ 10:30 ਵਜੇ ਅੰਬਾਲੇ ਪਹੁੰਚਿਆ। ਉੱਥੇ 2.5 ਘੰਟੇ ਮੈਂ ਬੈਠਾ ਰਿਹਾ। ਸਬਜ਼ੀ ਮੰਡੀ ਉੱਤਰ ਕੇ ਟਿਕਰੀ ਬਾਰਡਰ 'ਤੇ ਪਹੁੰਚਿਆ। ਟਿਕਰੀ ਬਾਰਡਰ 'ਤੇ ਜਾ ਕੇ ਸਾਡੇ ਕਿਸਾਨ ਮਜ਼ਦੂਰ ਸੱਚ ਦਾ ਫੈਸਲਾ ਲੈਣ ਲਈ ਸੰਘਰਸ਼ ਵਿੱਢਿਆ ਹੋਇਆ। ਉੱਥੇ ਦੁੱਧ, ਲੱਸੀਆਂ, ਫਰੂਟ, ਰਜਾਈਆਂ, ਕੰਬਲ, ਪਨੀਰੀਆਂ, ਖੋਆ, ਪਨੀਰ, ਜੋ ਕਿ ਭਾਰਤ ਦੇ ਉੱਤੇ ਇੱਕ ਨੇ ਇੱਕ ਮਾਂ ਦੇ ਬਣਨ ਇੱਕ ਥਾਲੀ 'ਚ, ਅਸੀਂ ਸਾਡਾ ਮਾਹੌਲ ਸ਼ਾਂਤਮਈ ਵਾਲਾ ਮਾਹੌਲ ਹੈ। ਅਸੀਂ ਕੋਈ ਗੁੰਡਾਗਰਦੀ ਨਹੀਂ ਕਰਨਾ ਹੈ। ਕਿਸਾਨ ਇੱਕ ਅੰਨਦਾਤਾ ਪੈਦਾ ਕਰਦਾ, ਉਹ ਸਾਰੀ ਦੁਨੀਆ ਦਾ ਢਿੱਡ ਭਰਦਾ, ਉਹ ਸਾਰੀ ਦੁਨੀਆ ਦਾ ਵਪਾਰ ਚੱਲਦਾ। ਇਹ ਸਾਡੇ ਪੰਜਾਬ ਆ ਜੋ ਇਹ ਬਹੁਤ ਹੀ ਗੁਰੂਆਂ ਦਾ ਇੱਕ ਵੱਡਾ ਸਥਾਨ ਆ, ਅਸੀਂ ਇੱਕ ਬਣੇ ਹੋਏ ਹਾਂ। ਕਿ ਪ੍ਰਚਾਰ ਕਿਵੇਂ ਕਰਦੇ ਹਾਂ? ਪ੍ਰਚਾਰ ਇਹੀ ਕਰਦੇ ਹਾਂ ਵੀ ਮੈਂ ਬੇਟੇ ਹੁਣ 26 ਜਨਵਰੀ ਦਿੱਲੀ ਤੋਂ ਵੀ ਆਇਆ, 9 ਦਿਨ ਲਾ ਕੇ। ਹੁਣ ਮੈਂ ਪਿੰਡ ਪਿੰਡ ਜਾ ਕੇ ਰੋਟੀਆਂ ਮੰਗ ਕੇ ਖਾਂਦਾ, ਗੁਰਦੁਆਰਿਆਂ 'ਚ ਰਹਿਣਾ, ਵੀ ਆਪਾਂ ਇੱਕ ਮਾਂ ਦੇ ਬਣੇ ਇੱਕ ਥਾਲੀ 'ਚ ਬੜੇ। ਜਿਹੜੇ ਕਾਲੇ ਕਾਨੂੰਨ ਹੈ ਉਹ ਅਸੀਂ ਰੱਦ ਕਰਵਾ ਕੇ ਲਿਆਏ। ਜੋ ਮੀਡੀਆ ਹੈ ਉਹਨਾਂ ਦੀ ਖੁਦ ਹੀ ਮੀਡੀਆ ਹੈ, ਉਹਨਾਂ ਦੇ ਗੁਲ ਤਾਂ ਖੁਦ ਹੀ ਬੰਦੇ ਮਤਲਬ ਅੱਤਵਾਦੀ ਛੱਡੇ ਹੋਏ ਨੇ। ਇਹ ਅੱਤਵਾਦੀ ਨਹੀਂ ਕਿਸਾਨ, ਇਹ ਕਿਸਾਨੀ ਨੇ, ਇਹ ਦੁਨੀਆ ਦੇ ਢਿੱਡ ਭਰਨ ਵਾਲੇ ਨੇ। ਹੁਣ ਮੈਂ ਇਹੀ ਪ੍ਰਚਾਰ ਕਰਦਾ ਦਮਦਾਰ ਪਰ ਮੀਡੀਆ ਦੇ ਅੱਗੇ ਕਿ ਅਸੀਂ ਆਪਣਾ ਸੰਘਰਸ਼ ਵਿੱਢਾਂਗੇ, ਕਿ ਮੋਦੀ ਸਰਕਾਰ ਮੁੱਦਾਬਾਦ ਉੱਕੀ ਦੁੱਕੀ ਚੱਕ ਦਿਆਂਗੇ ਅਤੇ ਧੌਣ 'ਚ ਗੋਡਾ ਰੱਖ ਦਿਆਂਗੇ। ਰਿਕਾਰਡਿੰਗ ਕਰਨਾ ਇੱਕ ਗੀਤ ਸੁਣਨਾ। ਉਹ ਦਿੱਲੀ ਦੀ ਆ ਮੋਦੀ ਤੇਰੀ ਪਰਤ ਦਿਆਂਗੇ ਕੱਲੀ ਕੱਲੀ ਬੋਦੀ, ਉਹ ਦਿੱਲੀ ਦੀ ਆ ਮੋਦੀ ਤੇਰੀ ਪਰਤ ਦਿਆਂਗੇ ਕੱਲੀ ਕੱਲੀ ਬੋਦੀ, ਉਹ ਤੇਰੇ 'ਚ ਇੱਕ ਦਿਨ ਐਸਾ ਆਊ ਰੱਬ ਕਚਹਿਰੀ ਵਿੱਚ ਬੁਲਾਊ, ਉਹ ਤੇਰਾ ਬਾਈ ਖਾਤਾ ਖੁੱਲ ਜਾਊ, ਤੇਰੇ ਸੋਨੂੰ ਮੋਨੂੰ ਲੱਕੀ ਵਿੱਕੀ ਪੁਲਿਸ ਮੰਤਰੀ ਮਿਲਟਰੀ ਭੱਜ ਜਾਊ, ਤੇਰੀਆਂ ਕੋਠੀਆਂ ਬੰਗਲਿਆਂ 'ਤੇ ਪੈਟਰੋਲ ਪੰਪ ਨੂੰ ਤਾਲਾ ਲੱਗ ਜਾਊ, ਤੇਰੀ ਅਤੇ ਤੇਰੀ ਮਾਂ ਦੀ ਜਵਾਨ ਨੂੰ ਤਾਲਾ ਲੱਗ ਜਾਊ, ਤੇਰੇ 2 ਜਮਦੂਤ ਭੇਜ ਕੇ ਪਿੱਠ ਸਿਆਪਾ ਕਰਾਊਂ, ਉਹ ਤੈਨੂੰ ਦਹੀਂ ਨਾ ਨਵਾ ਕੇ ਤੇਰੇ ਚਿੱਟਾ ਚੋਲਾ ਪਾ ਕੇ ਤੇਰੇ ਦੇਸੀ ਘਿਓ ਦਾ ਡੱਬਾ ਪਾ ਕੇ ਜਨਤਾ ਤੈਨੂੰ ਸੀੜੀ 'ਤੇ ਚੜਾਊ, ਉਹ ਤੇਰਾ ਸਰੀਰ ਅਗਨੀ ਭੇਟ ਹੋ ਜਾਊ, ਉਹ ਤੇਰਾ ਮਾਲਕ ਦੀ ਕਚਹਿਰੀ ਵਿੱਚ ਖਾਦਾ ਖੁੱਲ ਜਾਊ, ਰੱਬ ਤੈਨੂੰ ਕੀੜੀਆਂ ਮਕੌੜੀਆਂ ਦੀਆਂ ਖੱਡਾਂ ਵਿੱਚ ਸਿੱਟ ਜਾਊ, ਤੇਰੀ 2 ਨੰਬਰ ਦੀ ਕਮਾਈ 'ਤੇ ਛਾਪਾ ਮਰਵਾ ਕੇ ਕੁੜੀਆਂ ਦੇ ਵਿਆਹ 'ਤੇ ਲਾਊਂ ਤੇਰੀ ਮਾੜੀ ਸੋਚ ਵੇ, ਉਹ ਦਿੱਲੀ ਦੀਆਂ ਨਰਿੰਦਰ ਮੋਦੀ ਤੈਨੂੰ ਜਨਤਾ ਦੇ ਕਿਸਾਨ ਮਜ਼ਦੂਰ ਦਾ ਦਊਗਾ ਰਾਮਬਾਗ ਦੇ ਵਿੱਚ ਫੋਕ ਵੇ। ਅਜੇ ਬੰਦ ਨਾ ਕਰੀ, ਕਿਸਾਨ ਮਜ਼ਦੂਰ ਏਕਤਾ ਜਿੰਦਾ ਵਾ, ਅਸੀਂ ਕਾਲੇ ਗੁੰਡਾ ਕਹਿੰਦੇ ਸਾਡਾ ਸੰਘਰਸ਼ ਦਿਓ। ਮੈਂ ਤੁਹਾਨੂੰ ਇੱਕ ਹਫ਼ਤਾ ਹੋਰ ਵੀ ਸੁਣਨਾ, ਮਾਫ਼ ਕਰਨਾ। ਉਹ ਕਹਿੰਦਾ ਕੈਪਟਨ ਅਤੇ ਬਾਦਲ ਦੀ ਯਾਰੀ, ਉਹ ਨੰਨੀ ਛਾਂ ਭੱਜੀ ਫਿਰਦੀ ਆ ਵਿਚਾਰੀ, ਉਹਦੀ ਦਿੱਲੀ 'ਚ ਨਹੀਂ ਚੱਲੂ ਮੁਖਤਿਆਰੀ, ਜੱਟਾਂ ਨੂੰ ਠੰਡ ਦੇ ਫੁੜੇ, ਧੀਆਂ ਭੈਣ ਨੂੰ ਕਰਤੀ ਤੁਹਾਡੇ ਨਾਲ ਦੀ ਤਿਆਰੀ, ਸਾਡਾ ਏਕਤਾ ਜਿੰਦਾ ਵਾ, ਕਰੋ ਸਿਆਪਾ। ਹਾਏ ਹਾਏ ਮੁਖਿਆਰੇ, ਇੱਕ ਇਹਨਾਂ ਦੇ ਵਿੱਚ ਇਹ ਜਿਹੜਾ ਇਹਨਾਂ ਨੇ ਕੋਸ਼ਿਸ਼ ਕਰਦੇ ਆ, ਪ੍ਰਚਾਰ ਕਰਦੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਜਜ਼ਬਾ ਲੱਗਿਆ ਇਹਨਾਂ ਦਾ। ਇੱਕ ਇਹਨਾਂ ਵਿੱਚ ਹੁਨਰ ਵੀ ਹੈ, ਇਹਨਾਂ ਬਲ ਇਕੱਠੇ ਪਿੰਡਾਂ ਦੇ ਨਾਂ ਲੈਂਦੇ ਆ, ਇੱਕ ਸਾਹ ਦੇ ਵਿੱਚ ਕਾਫੀ ਪਿੰਡਾਂ ਦੇ ਨਾਂ ਲੈ ਜਾਂਦੇ ਆ, ਉਹ ਸਾਨੂੰ ਜ਼ਰੂਰ ਦਿਖਾਓ। ਚੱਲ ਕਹਿੰਦਾ ਕੋਕ ਬਗਣੀਆਂ ਘੋੜੀਆਂ ਵੱਢਣ ਮਲਕ ਦਾ ਬਾਟੀਆਂ 'ਚ ਬਿਠਾ ਲੋ ਪਿਆ ਕੌੜੀਆਂ ਰੱਲਾ ਜੋਗਾ ਅਗਲੀਆਂ ਵੱਖੋ ਜਗ੍ਹਾ ਤਲਵੰਡੀ ਧੀਂਗੜਾ ਉਤਾਂ ਨਹੀਂ ਮਗਾ ਬਥੇਰਾ ਡੂੜੀਆਂ ਭੁੰਦ ਤਾਂ ਲੇਡ ਬੱਲੇ ਝੋੜੀਆਂ ਗਿੱਦੜ ਪਿੰਡੀਆਂ ਉੱਤੇ ਨਾਲ ਮੂਸਾ ਕਰਾਂਗਣਾ ਚੋ ਵੱਖੋ ਰਾਜੀਆਂ ਬਥੇਰੇ ਕੁਝ ਲੱਗ ਰਿਹਾ ਢੋਡਕਾ ਬੰਦ ਦਮਦਾ ਮੱਖਾ। ਬਹੁਤ ਵਧੀਆ ਜੀ। ਅਤੇ ਤੁਸੀਂ ਹੁਣ ਆਪਣਾ ਜਿਹੜਾ ਤੁਹਾਡਾ ਪਿੰਡ ਹੈਗਾ ਉਹ ਕਿੱਥੇ? ਖਿਆਲਾ, ਮਾਨਸਾ ਫਿਰ ਖਿਆਲਾ। ਹਾਂ, ਤੁਸੀਂ ਰਹਿੰਦੇ ਕਿੱਥੇ ਹੋ? ਮੈਂ ਫਿਰ ਗੁਰਦੁਆਰੇ ਮੰਦਰਾਂ 'ਚ ਰਹਿੰਦਾ। ਅੱਛਾ, ਬਾਹਰ ਰਹਿੰਦੇ ਪਰਿਵਾਰ? ਉਹਨਾਂ ਨੇ ਬੇਟਾ ਮੈਨੂੰ ਪਾਗਲ ਕੇ ਘੋਟਿਆ ਕੇ ਗੁੰਡਿਆਂ ਨੇ, ਮਾਸਟਰ ਨੂੰ ਪਿਓ ਬਣਾਈ ਫਿਰਦੇ ਆ। ਨਹੀਂ, ਪਰਿਵਾਰ ਤੁਹਾਡੇ ਬੱਚੇ ਤਵੇ ਮੰਡੀ ਰਹਿੰਦੇ? ਤਵੇ ਮੰਡੀ? ਹਾਂ। ਅੱਛਾ, ਉੱਥੇ ਰਹਿੰਦੇ ਨੇ? ਨਾ, ਆਦੇ ਮੇਰਾ ਘਰ ਪੁੱਟਿਆ ਗਏ। ਨਹੀਂ, ਉੱਥੇ ਤੁਸੀਂ ਫਿਰ ਉਹਨਾਂ ਨੇ ਆਪਣੇ ਬੱਚਿਆਂ ਕੋਲ ਵੀ ਨਹੀਂ ਰਹਿੰਦੇ? ਨਾ, ਆਰਡਰ ਲੈ ਲਓ। ਆਹ ਸਾਹਮਣੇ ਕਮਰੇ ਮਿਲੇ ਹੋਏ। ਅੱਛਾ ਅੱਛਾ। ਹਾਂ, ਆਹ ਦੇਖੋ ਮੇਰੇ ਕੋਲ ਕਿੰਨੀਆਂ ਫੋਟੋਆਂ, ਬਾਈ ਬਾਈ ਆਦੀ ਵਟਸਐਪ 'ਤੇ।
ਮਨਜੀਤ ਨੇ ਜਿਨ੍ਹਾਂ ਨੇ ਮੈਨੂੰ ਜੱਥੇ ਬੰਦਿਆਂ ਆਸ਼ੀਰਵਾਦ ਹੈ। ਆਹ ਦੇਖੋ ਆਹ ਪੁਲਿਸ ਨੇ ਮੇਰੀ ਇੱਕ ਨਹੀਂ ਸੁਣੀ, ਸਾਰੀਆਂ ਪਾਈ ਚੱਲੋ। ਆਹ ਗਊਆਂ ਦੀ ਸੇਵਾ, ਅੱਠ ਸੰਘਰਸ਼ ਦੇ ਵਿੱਚ ਮੈਨੂੰ 23 ਤਰੀਕ ਨੂੰ ਵੀ ਕੁੱਟਿਆ ਗਿਆ ਤਾਂ ਫਿਰ ਪਾਗਲ ਕਹਿ ਗਏ। ਆਹ ਦੇਖੋ ਗੁਰਗੰਤੀ ਖਾ ਮੇਰੇ ਕੋਲ 18 ਸਾਲ ਦੀਆਂ ਪਰਵਾਹ ਵੀ ਨਹੀਂ। ਆਹ ਦੇਖੋ ਜੀ ਇਹਨਾਂ ਦਾ ਜਿਹੜਾ ਪਹਿਲਾਂ ਤੋਂ ਸੰਘਰਸ਼ ਕਰਦੇ ਆ ਰਹੇ ਨੇ ਕਿਸੇ ਨਾ ਕਿਸੇ ਜਿਹੜੀ ਸਮਾਜਿਕ ਬੁਰਾਈ ਦੇ ਖਿਲਾਫ਼ ਆਵਾਜ਼ ਚੱਕਦੇ ਆ, ਇਹਨਾਂ ਦੀਆਂ ਅਖਬਾਰਾਂ 'ਚ ਖਬਰਾਂ ਲੱਗੀਆਂ ਹੋਈਆਂ ਨੇ। ਆਹ ਦੇਖੋ ਇਹ ਇਹਨਾਂ ਦੀ ਫੋਟੋ ਹੈ, ਆਹ ਮੇਰੀ ਫੋਟੋ ਹੈ। ਅੰਨਾ ਸਾਰੇ ਅੰਨਾ ਇਹਨਾਂ ਨੂੰ ਮਿੰਨੀ ਅੰਨਾ ਹਜ਼ਾਰੇ ਮਿੰਨੀ ਅੰਨਾ ਹਜ਼ਾਰੇ ਅਤੇ ਮਿੰਨੀ ਕੇਜਰੀਵਾਲ ਦੇ ਨਾਂ ਨਾਲ ਵੀ ਇਹਨਾਂ ਨੂੰ ਜਾਣਿਆ ਜਾਂਦਾ ਹੈ ਸਾਡੇ ਪਿੰਡਾਂ 'ਚ। ਜਿੱਥੇ ਮਰਜ਼ੀ ਪੁੱਛ ਲਓ ਸਾਈਕਲ ਜਾਂਦੇ ਆ। ਗੁਰਬਖਸ਼ ਦੀ ਹਿਮਾਇਤ ਵਿੱਚ ਬਹੁਤ ਖਬਰਾਂ ਪਈਆਂ ਮੇਰੀ ਜੋ ਅੱਜ ਮੇਰੇ 18 ਹੋਰ ਵੀ ਪਈਆਂ। ਇੱਕ ਮਿੰਟ ਬਸ ਇਹੀ ਮੈਂ ਜਨਤਾ ਨੂੰ ਬੇਨਤੀ ਕਰਦਾ, ਮੈਨੂੰ ਰੋਟੀ ਨਾ ਦਿਓ, ਕੱਪੜਾ ਨਾ ਦਿਓ, ਦਵਾਈ ਨਾ ਦਿਓ, ਮੈਨੂੰ ਕੋਈ ਡੈੱਕ ਡੁੱਕ ਵਗੈਰਾ ਸਾਈਕਲ ਕੋਈ ਵਗੈਰਾ ਕੋਈ ਰਿਪੇਅਰ ਕੋਈ ਦਵਾਈ ਦੇ ਪੈਸੇ ਮੈਨੂੰ ਚਾਹੀਦੇ, ਮੈਨੂੰ ਕੈਸ਼ ਪੈਸੇ ਨਹੀਂ ਚਾਹੀਦਾ। ਮੈਂ ਆਪਣੇ ਗੁਰੂਆਂ ਦੀ ਦਾਨ ਪਿੱਛੇ ਮੈਂ ਆਪਣੀ ਜ਼ਿੰਦਗੀ ਕੁਰਬਾਨ ਕਰੀ, ਮੈਨੂੰ ਅੱਜ ਨਹੀਂ ਮੈਂ 18 ਸਾਲ ਦਾ ਸੰਘਰਸ਼ ਵਧਿਆ ਹੈ। ਇਹ ਮੇਰਾ ਆਧਾਰ ਕਾਰਡ ਨੰਬਰ ਜੀ ਹੈ, ਦੇਖੋ ਆਹ ਵੀ ਪਾ ਲਿਆ ਮੇਰੀ ਮੌਤ ਦੇ ਜ਼ਿੰਮੇਵਾਰ ਨੇ ਅਤੇ ਹੋਰ ਵੀ ਵੱਡਾ ਗਾਂਗਾ ਜਿਹਦੇ ਵਿੱਚ ਸਰਕਾਰੀ ਮੋਹਰਾਂ ਲੱਗੀਆਂ ਜਿਨ੍ਹਾਂ ਨੇ ਮੈਨੂੰ ਪਾਗਲ ਕਹਿ ਕੇ ਕੁੱਟਿਆ ਗਿਆ ਵੀ ਤੂੰ ਕਿਸਾਨੀ ਨਹੀਂ ਤੂੰ ਪਰਵਾਦੀ ਹੈ ਅਤਵਾਦੀ ਹੈ। ਹਾਂਜੀ ਮੈਂ ਪ੍ਰੈਸ ਕਲੱਬ ਦਾ ਵੀ ਧੰਨਵਾਦ ਕਰਦਾ, ਸਾਡੇ ਕੋਲ ਮੇਰੀ ਸੱਚੀ ਗੱਲ ਹੋਗੀ, ਆਮ ਪਾਰਟੀ ਦਾ ਨਹੀਂ ਭਾਈ। ਹਾਂਜੀ ਆ ਗਈਆਂ ਮੇਰੇ ਕੋਲ ਠਾਣੇ ਰਫਤਾਂ ਹੁੰਦੀਆਂ ਜੋ ਮੈਨੂੰ ਮੇਰੀ ਪੁਲਿਸ ਹੁੰਦੀ ਹੋਰ ਵੀ ਮੇਰੇ ਕੋਲ 18 ਸਾਲ ਦੀਆਂ ਖਬਰਾਂ ਵੀ। ਮੈਂ ਤੁਹਾਨੂੰ 300 ਮੋਬਾਈਲ ਵੀ ਨੰਬਰ ਮੂੰਹ ਨਹੀਂ ਦੱਸਦਾ, ਜੋ ਵਿੱਚੋਂ ਖੱਟਾ ਮਿੱਠਾ ਵਿੱਚ ਉਹ ਵੀ ਤੁਹਾਨੂੰ ਦੱਸੂੰਗਾ, ਪਰ ਇੱਥੇ ਦੁਨੀਆਂ ਦੇ ਵਿੱਚ ਇਨਸਾਫ ਨਹੀਂ, ਲੋਚੇ ਬੰਦਿਆਂ ਦੀ ਸੁਣਵਾਈ ਆ, ਗਰੀਬ 'ਚ ਕੋਈ ਸੁਣਵਾਈ ਨਹੀਂ। ਕੋਈ ਗੱਲ ਨਹੀਂ ਬਾਬਾ ਜੀ ਤੁਹਾਡੇ ਨਾਲ ਆ, ਅਸੀਂ ਅੱਜ ਤੁਹਾਨੂੰ ਆਪਦਾ ਨੰਬਰ ਦੇ ਕੇ ਜਾਵਾਂਗੇ, ਕੋਈ ਦਿੱਕਤ ਕੋਈ ਹੁੰਦੀ ਕੁਛ ਹੈ ਨਾ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰਕੇ ਤੁਹਾਡੀ ਮਦਦ ਕਰਾਂਗੇ, ਠੀਕ ਹੈ। ਹੌਸਲਾ ਨਹੀਂ ਛੱਡਣਾ ਆਪਾਂ, ਜਿਹੜਾ ਕਿਸਾਨੀ ਸੰਘਰਸ਼ ਦੇ ਵਿੱਚ ਚੜ੍ਹਦੀ ਕਲਾ 'ਚ ਰਹਿਣਾ ਬੇਟਾ, ਮੇਰੀ ਮਦਦ ਕਰਾ ਤੇ ਲੱਗੀ ਨਾ ਹੈ, ਮੇਰਾ ਨੰਬਰ ਲਿਖ ਜਾ, ਮੇਰਾ ਨੰਬਰ ਲਿਖ ਕੇ ਦੇ ਕੇ ਆਵਾਂਗੇ, ਸਾਰਾ ਤੁਹਾਨੂੰ ਦੇ ਕੇ ਆਵਾਂਗੇ, ਕਾਰਡ ਦੇ ਕੇ ਜਾਵਾਂਗੇ। ਹਾਂ ਹੁਣ ਮੈਂ ਡੱਕ ਡੁੱਕ ਲਵਾਉਣਾ ਸੀ, ਚਿੱਪਾ ਲਾਉਣੀ ਹੈ, ਫਲੈਕਸਾਂ ਲਵਾਉਣੀਆਂ, ਇੱਕ ਮਿੰਟ ਇੱਥੇ ਨਾ ਬੇਟਾ ਮੈਂ ਰੋਲ ਕਰੂੰਗਾ, ਦੇਖੀ ਇੱਥੇ ਇੱਕ ਪਾਇਪ ਲਵਾਉਂ 3 ਫੁੱਟ ਦਾ, ਇੱਥੇ ਲਵਾ ਕੇ ਕਰਕੇ ਨਾ ਉੱਥੇ ਮੋਦੀ ਨੂੰ ਕਰਦੇ ਅਤੇ ਬਿਠਾ ਕੇ ਉਹਦੇ ਛਿੱਤਲਾਂ ਦੀ ਮਾੜਾ ਕੇ 2 ਫਲੈਕਸ ਬੰਦੇ ਮਾਰਨਗੇ, ਇੱਥੇ ਡੱਕ ਲਵਾਉ, ਇੱਥੇ ਮੇਰੀਆਂ ਦਿੱਲੀ ਦੀਆਂ ਖਬਰਾਂ ਲੱਗਣੀਆਂ, ਇੱਥੇ ਮੇਰੀਆਂ ਕਿਸਾਨਾਂ ਦੀਆਂ ਖਬਰਾਂ ਲੱਗਣੀਆਂ, ਵਧੀਆ ਲੱਗੂ ਨਾ। ਹਾਂ ਨੰਬਰ ਦੇ ਕੇ ਜਾ ਬੇਟਾ, ਨੰਬਰ ਕਾਰਡ ਦੇ ਕੇ ਆਵਾਂਗੇ।